ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਤੀਜਾ। ਪੂਰਾ ਥਾਟ ਬਣਾਇਆ ਪੂਰੈ, ਵੇਖੋ ਏਕ ਸਮਾਨਾ। ਪੂਰਨ ਪਰਮੇਸ਼ਰ ਨੇ ਸੰਸਾਰ ਦਾ ਪੂਰਨ ਕਹੀਏ ਪੂਰਾ ਹੀ ਥਾਟ ਬਣਾਉਣ ਨੂੰ ਬਣਾਉਣਾ ਕੀਤਾ ਹੈ, ਅਥਵਾ ਜਗਿਆਸੂ ਅਧਿਕਾਰੀਆਂ ਦੇ ਹਿਰਦੇ ਵਿੱਚ ਪੂਰਨ ਪਰਮੇਸ਼ਰ ਨੇ ਭੂਮਿਕਾ ਭਗਤੀ ਗਿਆਨ ਰੂਪੀ ਪੂਰਨ ਠਾਠ ਬਣਾਉਣਾ ਕੀਤਾ ਹੈ। ਇਹ ਭਾਈ ਵੇਖਣਾ ਕਰੋ, ਇੱਕ ਵਾਹਿਗੁਰੂ ਹੀ ਸਭ ਥਾਈਂ ਸਮਾਨਾ ਕਹੀਏ ਸਮਾਇਆ ਹੋਇਆ ਹੈ। ਵਾਹਿਗੁਰੂ ਹੀ ਸਮਾਨ ਰੂਪ ਚੇਤਨ ਸਾਰਿਆਂ ਵਿੱਚ ਵਿਆਪਕ ਹੈ। ਇਸ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਗੋ ਧਰੋ ਗੁਮਾਨਾ। ਹੇ ਭਾਈ, ਇਸ ਪਰਪੰਚ ਸੰਸਾਰ ਵਿੱਚ ਸੱਚੇ ਪਰਮੇਸ਼ਰ ਦੇ ਨਾਮ ਦੀ ਹੀ ਵਡਿਆਈ ਸ਼ੋਭਾ ਹੈ। ਮਤਾਂ ਕੋਈ ਆਪਣੇ ਧਨ ਵਿੱਦਿਆ ਗੁਣਾਂ ਆਦਿ ਦਾ ਗੁਮਾਨਾ ਹੰਕਾਰ ਧਾਰਨਾ ਕਰੋ। ਸਤਿਗੁਰ ਕੀ ਜਿਸ ਨੋ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਜਿਸ ਪੁਰਸ਼ ਨੂੰ ਸਤਿਗੁਰੂ ਸਾਹਿਬ ਜੀ ਦੀ ਹਉਮੈ ਛੱਡਣ, ਲਿਵ ਲਾਉਣ, ਭਾਣਾ ਮੰਨਣ ਆਦਿ ਇਹ ਮਤ ਸਿੱਖਿਆ ਆ ਜਾਂਦੀ ਹੈ, ਉਹ ਸਤਿਗੁਰੂ ਸਾਹਿਬ ਜੀ ਦੇ ਸਰੂਪ ਵਿੱਚ ਸਮਾ ਜਾਂਦਾ ਹੈ। ਇਹ ਬਾਣੀ ਜੋ ਜੀ ਜਾਣੈ, ਤਿਸੇ ਅੰਤਰ ਰਵੈ ਹਰ ਨਾਮਾ ਰਹਾਉ। ਇਹ ਸਤਨਾਮ ਰੂਪੀ ਵਾਹ ਤੁਰਕੀ ਬਾਣੀ ਨੂੰ ਜਿਹੜਾ ਜੀਓ ਦਿਲੋਂ ਜਾਣਦਾ ਹੈ ਕਿ ਇਹ ਮੇਰੀ ਕਲਿਆਣ ਕਰਨ ਵਾਲੀ ਹੈ, ਪਾਤਸ਼ਾਹ ਕਹਿੰਦੇ ਉਸ ਹਿਰਦੇ ਅੰਦਰ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ। ਵਾਹ ਹਿਰਦੇ ਅੰਦਰ ਨਾਮ ਦਾ ਰਵੈ ਉਚਾਰਨ ਹੁੰਦਾ ਹੈ। ਰਹਾਓ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਚਹੋ ਜੁੱਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਮਨੁੱਖਾ ਕਹੀਏ ਚਹੋ ਜੁੱਗਾਂ, ਚਾਰੇ ਜੁੱਗਾਂ ਦੇ ਵੀ ਵਿਛੜੇ ਹੋਏ ਜੀਵਾਂ ਦਾ ਹੁਣ ਕੱਲਿਆ ਕਲਯੁੱਗ ਵਿੱਚ ਨਿਬੇੜਾ ਨਿਰਣਾ ਹੋਣ ਦਾ ਸਮਾਂ ਹੈ, ਜਿਸ ਵਿੱਚ ਨਰ ਪੁਰਖਾਂ ਅਤੇ ਮਨੁੱਖਾਂ ਇਸਤਰੀਆਂ ਨੂੰ ਇੱਕੋ ਜਿਹਾ ਹੀ ਵਾਹ ਇੱਕ ਨਾਮ ਦਾ ਨਿਧਾਨਾ ਖਜ਼ਾਨਾ ਦੇਣਾ ਕੀਤਾ ਹੈ। ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕਲ ਮਹਿ ਕੀਰਤ ਹਰਨਾਮਾ। ਜਤ ਕਾਮ ਵਾਸ਼ਨਾ ਨੂੰ ਰੋਕਣ ਦੇ ਯਤਨ, ਸੰਜਮ ਇੰਦਰੀਆਂ ਦਾ ਦਮਨ ਅਤੇ ਤੀਰਥਾਂ ਆਦਿ ਦੀ ਯਾਤਰਾ ਕਰਨੀ, ਇਹ ਉਹਨਾਂ ਭਾਵ ਪਿਛਲੇ ਸਤਯੁਗ ਤ੍ਰੇਤਾ ਦੇ ਦੁਆਪਰ ਯੁੱਗਾਂ ਦਾ ਧਰਮ ਨਿਯਮ ਸੀ, ਪਰੰਤੂ ਕਲਯੁੱਗ ਵਿੱਚ ਹਰ ਪਰਮੇਸ਼ਰ ਦੇ ਨਾਮ ਦੀ ਕੀਰਤੀ ਮਹਿਮਾ ਕਰਨੀ ਹੀ ਅਸਲ ਧਰਮ ਹੈ। ਵਾਹ ਹਰ ਨਾਮ ਦਾ ਕੀਰਤਨ ਹੀ ਪ੍ਰਧਾਨ ਹੈ। ਯੁੱਗ ਯੁੱਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਬੇਦ ਪੁਰਾਨਾ। ਇਸ ਪ੍ਰਕਾਰ ਯੁੱਗਾਂ ਯੁੱਗਾਂ ਵਿੱਚ ਆਪੋ ਆਪਣਾ ਧਰਮ ਪ੍ਰਧਾਨ ਸੀ, ਭਾਵੇਂ ਚਾਰੇ ਵੇਦ ਅਤੇ 18 ਪੁਰਾਣਾਂ ਨੂੰ ਸੋਧ ਨਿਰਣੇ ਕਰਕੇ ਵੇਖ ਲਵੋ। ਗੁਰਮੁਖ ਜਿਨੀ ਧਿਆਇਆ ਹਰ ਹਰ, ਜਗ ਤੇ ਪੂਰੇ ਪਰਵਾਨਾ। ਪਾਤਸ਼ਾਹ ਫਰਮਾਉਂਦੇ, ਜਿਨ੍ਹਾਂ ਮਨੁੱਖਾਂ ਨੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਕੇ ਧਿਆਉਣਾ ਸਿਮਰਨਾ ਕੀਤਾ ਹੈ, ਉਹ ਮਨੁੱਖ ਹੀ ਜਗ ਸੰਸਾਰ ਵਿੱਚ ਪੂਰਨ ਹਨ ਅਤੇ ਦਰਗਾਹ ਵਿੱਚ ਪ੍ਰਵਾਨਨੀਕ ਸਫਲੇ ਹੋਏ ਹਨ। ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ।
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸੱਚੇ ਪਰਮੇਸ਼ਰ ਦੇ ਨਾਲ ਪ੍ਰੀਤ ਲਿਵ ਲਾਉਣ ਕਰਕੇ ਹਿਰਦੇ ਵਿੱਚੋਂ ਹੰਕਾਰ ਚੁੱਕਿਆ ਜਾਂਦਾ, ਦੂਰ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਪਰਮੇਸ਼ਰ ਦੇ ਨਾਮ ਨੂੰ ਕਹਿਤ ਕਹਿਣ ਅਤੇ ਸੁਣਤ ਸੁਣਨ ਵਾਲੇ ਸਾਰੇ ਆਨੰਦ ਪਾ ਲੈਂਦੇ ਅਤੇ ਮਾਨਤ ਹੁੰਦਾ ਮੰਨਣ ਵਾਲੇ ਜੀਵਨ ਮੁਕਤੀ ਦਾ ਨਿਧਾਨਾ ਖਜ਼ਾਨਾ ਪਾ ਲੈਂਦੇ ਹਨ। ਬਿਲਾਵਲ ਮਹੱਲਾ ਤੀਜਾ। ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ, ਜਿਸ ਪੁਰਸ਼ ਦੇ ਤਾਈਂ ਪਰਮੇਸ਼ਰ ਆਪ ਗੁਰਮੁਖ ਮੁਖੀ ਗੁਰਾਂ ਦੁਆਰਾ ਵਾ ਮੁਖੀ ਗੁਰਾਂ ਦੁਆਰਾ ਆਪਣੇ ਨਾਲ ਪ੍ਰੀਤੀ ਲਾਉਂਦਾ ਹੈ। ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਏ, ਉਸਦੇ ਘਰ ਹਿਰਦੇ ਵਿੱਚ ਸਦਾ ਬਿਲਾਵਲ ਆਨੰਦ ਬਣਿਆ ਰਹਿੰਦਾ ਅਤੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਆਤਮਿਕ ਜੀਵਨ ਵਿੱਚ ਸੁਹਾਏ ਸ਼ੋਭਨੀਕ ਹੁੰਦਾ ਹੈ। ਮੰਗਲ ਨਾਰੀ ਗਾਵੈ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ। ਸਭ ਸੰਤ ਰੂਪੀ ਨਾਰੀ ਇਸਤਰੀਆਂ ਗੁਰਾਂ ਪਾਸ ਆ ਕੇ ਮੰਗਲ ਖੁਸ਼ੀ ਦੇ ਗੀਤ ਗਾਉਂਦੀਆਂ ਹਨ। ਉਹ ਪ੍ਰੀਤਮ ਪਿਆਰੇ ਪ੍ਰਭੂ ਨਾਲ ਮਿਲ ਕਰਕੇ ਸਦਾ ਹਮੇਸ਼ਾ ਸੁਖ ਪਾਉਂਦੀਆਂ ਹਨ। ਹਉ ਤਿੰਨ ਬਲ ਹਾਰਣੈ ਜਿਨ੍ਹਾਂ ਹਰ ਮਨ ਵਸਾਏ, ਹਉ ਮੈਂ ਉਹਨਾਂ ਤੋਂ ਬਲਹਾਰੈ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸਰਵਣ ਅਤੇ ਨਿਧਿਆਸਣ ਕਰਕੇ ਮਨ ਹਿਰਦੇ ਵਿੱਚ ਵਸਾ ਲਿਆ ਹੈ, ਵਾ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਨੇ ਆਪਣਾ ਨਾਮ ਵਸਾ ਦਿੱਤਾ। ਹਰ ਜਨ ਕੋ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ। ਪਰਮੇਸ਼ਰ ਦੇ ਜਨ ਸੇਵਕਾਂ ਨੂੰ ਮਿਲਣ ਕਰਕੇ ਭਾਵ ਉਹਨਾਂ ਦੀ ਸੰਗਤ ਕਰਕੇ ਆਨੰਦ ਸਰੂਪ ਪ੍ਰਭੂ ਪ੍ਰਾਪਤ ਕਰੀਦਾ ਹੈ, ਕਿਉਂਕਿ ਉਹ ਸਹਿਜ ਸੁਭਾਏ ਸੁਭਾਵਕ ਹੀ ਵਾ ਸਹਿਜ ਸ਼ਾਂਤੀ ਸੁਭਾਅ ਧਾਰ ਕੇ ਵਾ ਸਹਿਜ ਆਤਮਕ ਅਡੋਲਤਾ ਅਤੇ ਸੁਭਾਏ ਸ੍ਰੇਸ਼ਟ ਪ੍ਰੇਮ ਵਿੱਚ ਇਸਤਿਤ ਹੋ ਕੇ ਹਰ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਹਨ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰਦੇ ਆ। ਸਦਾ ਰੰਗ ਰਾਤੀ ਤੀਰੈ ਚਾਏ, ਹਰ ਜੀ ਆਪ ਵਸੈ ਮਨ ਆਏ। ਹੇ ਪਰਮੇਸ਼ਰ, ਉਹ ਗੁਰਮੁਖ ਤੇਰੇ ਚਾਏ ਉਤਸ਼ਾਹ ਕਰਕੇ ਹਮੇਸ਼ਾ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਅਥਵਾ ਸਦਾ ਰੰਗ ਆਨੰਦ ਵਿੱਚ ਰੰਗੇ ਹੋਏ ਤੇਰੇ ਚਾਏ ਪ੍ਰੇਮ ਵਿੱਚ ਮਸਤ ਰਹਿੰਦੇ ਹਨ। ਹੇ ਹਰ ਪਰਮੇਸ਼ਰ ਜੀ, ਤੂੰ ਆਪ ਹੀ ਉਹਨਾਂ ਦੇ ਮਨ ਹਿਰਦੇ ਵਿੱਚ ਆ ਕੇ ਵਸ ਜਾਂਦਾ। ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੈ ਮੇਲ ਮਿਲਾਏ। ਐਸੇ ਗੁਰਮੁਖ ਜਨ ਹਮੇਸ਼ਾ ਹੀ ਲੋਕ ਪ੍ਰਲੋਕ ਵਿੱਚ ਆਪਣੇ ਸਰੂਪ ਦੀ ਪ੍ਰਾਪਤੀ ਭਗਤੀ ਰੂਪ ਸੋਭਾ ਵਡਿਆਈ ਪਾਉਂਦੇ ਹਨ। ਜਿਹੜੇ ਗੁਰਮੁਖ ਮੁਖੀ ਗੁਰਾਂ ਦੁਆਰਾ ਵਾ ਗੁਰਮੁਖ ਜਨਾਂ ਦੀ ਸੰਗਤ ਨਾਲ ਮੇਲਣਾ ਕੀਤੇ, ਉਹ ਹੀ ਗੁਰਾਂ ਨਾਲ ਮੇਲ ਕੇ ਆਪਣੇ ਸਰੂਪ ਵਿੱਚ ਮਿਲਾ ਲਏ। ਗੁਰਮੁਖ ਰਾਤੀ ਸ਼ਬਦ ਰੰਗਾਏ, ਨਿਜ ਘਰ ਵਾਸਾ ਹਰ ਗੁਣ ਗਾਏ। ਗੁਰਮੁਖ ਜਨ ਮਨ ਕਰਕੇ ਨਾਮ ਵਿੱਚ ਰੰਗੇ ਹੋਏ ਹਨ ਅਤੇ ਉਹਨਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਆਪਣੇ ਤਨ ਵੀ ਨਾਮ ਰੰਗ ਵਿੱਚ ਰੰਗੇ ਹੋਏ ਹੀ ਹਨ। ਵਾ ਗੁਰਮੁਖ ਜਨ ਆਪ ਤਾਂ ਨਾਮ ਵਿੱਚ ਰੰਗੇ ਹੋਏ ਹੀ ਹਨ, ਪਰ ਗੁਰਾਂ ਦੇ ਉਪਦੇਸ਼ ਦੁਆਰਾ ਹੋਰਨਾਂ ਦੇ ਮਨਾਂ ਨੂੰ ਵੀ ਨਾਮ ਵਿੱਚ ਰੰਗਾ ਦਿੰਦੇ ਹਨ। ਹਰ ਪਰਮੇਸ਼ਰ ਦੇ ਗੁਣ ਗਾਏ ਗਾਉਣ ਕਰਕੇ ਉਹਨਾਂ ਦਾ ਨਿੱਜ ਆਪਣੇ ਸਰੂਪ ਤੁਰੀਆ ਪਦ ਰੂਪੀ ਘਰ ਵਿੱਚ ਵਾਸਾ ਨਿਵਾਸ ਹੋ ਜਾਂਦਾ ਹੈ। ਰੰਗ ਚਲੂਲੈ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ।
ਜਿਨ੍ਹਾਂ ਨੂੰ ਹਰ ਪਰਮੇਸ਼ਰ ਦਾ ਨਾਮ ਰਸ ਪਾਏ ਚੰਗਾ ਲੱਗਿਆ ਹੈ, ਵਾ ਜੋ ਰਸ ਪ੍ਰੇਮ ਦੁਆਰਾ ਹਰੀ ਨੂੰ ਪਾ ਗਏ ਹਨ, ਉਹ ਚਲੂਲੇ ਗਾੜੇ ਗਿਆਨ ਰੂਪੀ ਰੰਗ ਵਾਲੇ ਹੋਏ, ਅਥਵਾ ਜੋ ਪ੍ਰੇਮ ਦੇ ਗੂੜੇ ਰੰਗ ਵਿੱਚ ਰੰਗੇ ਹੋਏ, ਉਹ ਨਾਮ ਰਸ ਵਾਲੇ ਹਰੀ ਨੂੰ ਪਾਏ ਹਨ। ਉਹਨਾਂ ਦਾ ਇਹ ਪ੍ਰੇਮ ਗਿਆਨ ਰੂਪੀ ਰੰਗ ਕਦਾ ਚਿੱਤ ਵੀ ਨਹੀਂ ਉਤਰਦਾ, ਸਗੋਂ ਉਹ ਸੱਚ ਸਰੂਪ ਵਿੱਚ ਹੀ ਸਮਾਏ ਸਮਾ ਮਿਲ ਜਾਂਦੇ ਹਨ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਦੇ ਉਪਦੇਸ਼ ਦਾ ਪ੍ਰਕਾਸ਼ ਹੋ ਆਇਆ ਹੈ, ਉਹਨਾਂ ਦੇ ਅੰਦਰੋਂ ਗਿਆਨ ਦਾ ਹਨੇਰਾ ਮਿਟ ਗਿਆ, ਨਿਵਿਰਤ ਹੋ ਗਿਆ। ਜੈਸਾ ਕਿ ਪਾਵਨ ਵਾਕ ਹੈ, ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੈ ਭਰਮ ਅੰਧੇਰਾ। ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ। ਸਤਿਗੁਰਾਂ ਤੋਂ ਗਿਆਨ ਪ੍ਰਾਪਤ ਕਰਕੇ ਉਹਨਾਂ ਨੂੰ ਮੇਰਾ ਪ੍ਰੀਤਮ ਪਿਆਰਾ ਪ੍ਰਭੂ ਮਿਲਿਆ ਪ੍ਰਾਪਤ ਹੋ ਗਿਆ ਹੈ। ਜੋ ਸੱਚ ਰਾਤੇ ਤਿੰਨ ਬਹੁੜ ਨਾ ਫੇਰਾ। ਜਿਹੜੇ ਸੱਚੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੱਤੇ ਜਾਂਦੇ ਆ, ਉਹਨਾਂ ਦਾ ਬਹੁੜ ਕਹੀਏ ਮੁੜ ਕੇ 84 ਵਿੱਚ ਫੇਰਾ ਗੇੜਾ ਚੱਕਰ ਨਹੀਂ ਲੱਗਦਾ ਅਤੇ ਨਹੀਂ ਹੁੰਦਾ। ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ। ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਮੇਰਾ ਪੂਰਨ ਗੁਰੂ ਗੁਰਸਿੱਖਾਂ ਨੂੰ ਸੱਚਾ ਨਾਮ ਦ੍ਰਿੜ ਪਰਪੱਕ ਕਰਵਾਉਂਦਾ ਹੈ, ਵਾ ਜੋ ਨਾਮ ਨੂੰ ਦ੍ਰਿੜ ਕਰ ਲੈਂਦੇ ਉਹਨਾਂ ਦਾ ਪੂਰਨ ਗੁਰਾਂ ਦੁਆਰਾ ਹਰੀ ਨਾਲ ਮੇਰਾ ਮਿਲਾਪ ਹੋ ਜਾਂਦਾ ਹੈ। ਬਿਲਾਵਲ ਮਹੱਲਾ ਤੀਜਾ। ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ। ਹੇ ਭਾਈ, ਪੂਰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਤੋਂ ਅਸੀਂ ਭਗਤੀ ਨਾਮ ਗੁਰਤਾ ਗੱਦੀ ਰੂਪੀ ਵਡਿਆਈ ਸ਼ੋਭਾ ਪਾਉਣਾ ਕੀਤੀ ਹੈ। ਸਭ ਅਚਿੰਤ ਚਿੰਤਾਵਾਂ ਤੋਂ ਰਹਿਤ ਕਰਨ ਵਾਲਾ ਨਾਮ ਸਾਡੇ ਮਨ ਹਿਰਦੇ ਵਿੱਚ ਆਈ ਕਹੀਏ ਆ ਕੇ ਵੱਸ ਗਿਆ ਹੈ। ਹਉਮੈ ਮਾਇਆ ਸ਼ਬਦ ਜਲਾਈ, ਦਰ ਸੱਚੈ ਗੁਰ ਤੇ ਸੋਭਾ ਪਾਈ। ਸਰੀਰ ਦੀ ਹਉਮੈ ਹੰਗਤਾ ਅਤੇ ਮਾਇਆ ਦੀ ਮਮਤਾ ਵਾ ਮਾਇਆ ਕਰਕੇ ਜੋ ਹਉਮੈ ਸੀ, ਉਹ ਗੁਰਾਂ ਨੇ ਸ਼ਬਦ ਉਪਦੇਸ਼ ਦੀ ਕਮਾਈ ਕਰਵਾ ਕੇ ਸਾੜ ਦਿੱਤੀ ਹੈ। ਇਸ ਪ੍ਰਕਾਰ ਸੱਚੇ ਪਰਮੇਸ਼ਰ ਦੇ ਗਿਆਨ ਰੂਪੀ ਦਰ ਵਿੱਚ ਸਥਿਤ ਹੋ ਕੇ ਗੁਰਾਂ ਤੋਂ ਸਰੂਪ ਦੀ ਪ੍ਰਾਪਤੀ ਰੂਪੀ ਸੋਭਾ ਵਡਿਆਈ ਪਾ ਲਈ ਹੈ। ਇਸ ਲਈ ਹੁਣ ਅੱਗੇ ਪਰਮੇਸ਼ਰ ਦੇ ਅੱਗੇ ਅਰਦਾਸ ਕਰਦੇ ਹਾਂ। ਜਗਦੀ ਸੇਵੋ ਮੈਂ ਅਵਰ ਨ ਕਾਜਾ। ਹੇ ਜਗਤ ਦੇ ਈਸ਼ਵਰ, ਮੈਂ ਸਦਾ ਤੈਨੂੰ ਸੇਵਦਾ ਹਾਂ। ਮੈਨੂੰ ਤੇਰੇ ਸੇਵਕ ਤੋਂ ਇਲਾਵਾ, ਤੇਰੇ ਸੇਵਨ ਤੋਂ, ਤੇਰੇ ਸਿਮਰਨ ਤੋਂ ਬਗੈਰ ਹੋਰ ਕੋਈ ਕਾਜਾ ਕੰਮ ਚੰਗਾ ਹੀ ਨਹੀਂ ਲੱਗਦਾ ਅਤੇ ਨਾ ਲੱਗੇ। ਅਨਦਿਨ ਆਨੰਦ ਹੋਵੈ ਮਨ ਮੀਰੈ, ਗੁਰਮੁਖ ਮਾਗੋ ਤੇਰਾ ਨਾਮ ਨਿਵਾਜਾ ਰਹਾਉ। ਅਨਦਿਨ ਰਾਤ ਦਿਨ ਹੀ ਮੇਰੇ ਮਨ ਹਿਰਦੇ ਵਿੱਚ ਆਨੰਦ ਪ੍ਰਾਪਤ ਹੋ ਰਿਹਾ ਹੈ, ਇਸ ਲਈ ਮੈਂ ਤੇਰਾ ਨਿਵਾਜਾ ਨਿਵਾਜਣ ਵਡਿਆਉਣ ਵਾਲਾ ਨਾਮ ਹੀ ਮੁਖੀ ਗੁਰਾਂ ਪਾਸੋਂ ਮੰਗਦਾ ਹਾਂ। ਰਹਾਉ, ਵਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਹੇ ਆ। ਮਨ ਕੀ ਪ੍ਰਤੀਤ, ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਬੁਝਾਈ। ਮਨ ਦੀ ਪ੍ਰਤੀਤੀ ਮਨ ਤੋਂ ਹੀ ਪਾਉਣਾ ਕੀਤੀ, ਭਾਵ ਅਸ਼ੁੱਧ ਮਨ ਦੇ ਰੋਕਣ ਨਿਰਮਲ ਕਰਨ ਦੀ ਪ੍ਰਤੀਤੀ ਸ਼ੁੱਧ ਮਨ ਤੋਂ ਪ੍ਰਾਪਤ ਕੀਤੀ ਹੈ, ਵਾ ਮਨ ਦੀ ਪ੍ਰਤੀਤ ਕਹੀਏ ਸ਼ਰਧਾ ਮਨ ਸ਼੍ਰੋਮਣੀ ਪਰਮੇਸ਼ਰ ਵਾ ਗੁਰਾਂ ਦੇ ਮੰਤਰ ਦੁਆਰਾ ਪ੍ਰਾਪਤ ਕੀਤੀ ਹੈ। ਪੂਰਨ ਗੁਰੂ ਤੋਂ ਹੀ ਸ਼ਬਦ ਉਪਦੇਸ਼ ਦੀ ਬੁਝਾਈ ਬੂਝ ਸਮਝ ਆਉਂਦੀ ਆ, ਵਾ ਪੂਰੇ ਗੁਰਾਂ ਦੇ ਉਪਦੇਸ਼ ਦੁਆਰਾ ਹੀ
ਆਤਮਕ ਜੀਵਨ ਦੀ ਸੂਝ ਆਉਂਦੀ ਹੈ। ਜੀਵਨ ਮਰਨ ਕੋ ਸੰਸਰ ਵੇਖੈ, ਬਹੁੜ ਨ ਮਰੈ ਨਾ ਜਮ ਪੇਖੈ। ਹੇ ਭਾਈ, ਜੋ ਜੀਵਨ ਅਤੇ ਮਰਨ ਨੂੰ ਸੰਸਰ ਇੱਕ ਸਮਾਨ ਵੇਖਦਾ, ਵਾਹ ਜੋ ਜੀਵਤ ਭਾਵ ਵੱਲੋਂ ਮਰ ਕੇ ਸਭ ਨੂੰ ਇੱਕ ਜੋਤ ਦੇਖਦਾ, ਉਹ ਬਹੁੜ ਮੁੜ ਕੇ ਨਾ ਹੀ ਕਾਲ ਕਰਕੇ ਮਰਦਾ ਅਤੇ ਨਾ ਹੀ ਉਸਨੂੰ ਜਮਦੂਤ ਤਾੜਨਾ ਕਰਕੇ ਵੇਖਦਾ। ਉਹ ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਘਰ ਹੀ ਮੈਂ ਸਭ ਕੋਟ ਨਿਧਾਨ, ਸਤਿਗੁਰ ਦਿਖਾਏ ਗਿਆ ਅਭਿਮਾਨ। ਘਰ ਹਿਰਦੇ ਵਿੱਚ ਹੀ ਸਾਰੇ ਸੁੱਖਾਂ ਦੇ ਕੋਟ ਕਰੋੜਾਂ ਨਿਧਾਨ ਖਜ਼ਾਨੇ ਪ੍ਰਾਪਤ ਹਨ, ਅਥਵਾ ਸਤਸੰਗਤ ਰੂਪੀ ਘਰ ਦੇ ਵਿੱਚ ਹੀ ਕੋਟ ਕਿਲੇ ਦੀ ਨਿਆਈ ਦਸਵਾਂ ਦੁਆਰ ਹੈ। ਵਾਹ, ਵਿਕਾਰਾਂ ਦੀ ਨਿਵਿਰਤੀ ਕਰਨ ਲਈ ਮਨ ਰੂਪੀ ਕਿਲਾ ਬਣਿਆ ਹੈ ਅਤੇ ਨਾਮ ਦਾ ਖਜ਼ਾਨਾ ਅੰਦਰ ਸਥਿਤ ਹੈ। ਸਤਿਗੁਰੂ ਸਾਹਿਬ ਜੀ ਨੇ ਖਜ਼ਾਨੇ ਹਿਰਦੇ ਅੰਦਰੋਂ ਪ੍ਰਗਟ ਕਰਕੇ ਵਿਖਾਲ ਦਿੱਤੇ, ਜਿਸ ਕਰਕੇ ਹੰਕਾਰ ਚਲਿਆ ਗਿਆ, ਨਿਵਿਰਤ ਹੋ ਗਿਆ। ਸਦ ਹੀ ਲਾਗਾ ਸਹਿਜ ਧਿਆਨ, ਅਨਦਿਨ ਗਾਵੈ ਏਕੋ ਨਾਮ। ਸਦਕੀਏ ਹਮੇਸ਼ਾ ਵਾਸਤੇ ਹੀ ਗਿਆਨ ਸਰੂਪ ਦਾ ਧਿਆਨ ਲੱਗਾ ਰਹਿੰਦਾ ਹੈ। ਅਨਦਿਨ ਰਾਤ ਦਿਨ ਅਦਵੈਤ ਸਰੂਪ ਪਰਮੇਸ਼ਰ ਦਾ ਨਾਮ ਹੀ ਗਾਉਣਾ ਕਰਦੇ ਹਾਂ। ਇਸ ਯੁੱਗ ਮੈਂ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਧਿਆਈ। ਇਸ ਕਲਯੁੱਗ ਦੇ ਸਮੇਂ ਵਿੱਚ ਇਹ ਵਡਿਆਈ ਸ਼ੋਭਾ ਪ੍ਰਾਪਤ ਕੀਤੀ ਹੈ, ਜੋ ਪੂਰਨ ਗੁਰੂ ਸਾਹਿਬ ਜੀ ਦੁਆਰਾ ਨਾਮ ਧਿਆਉਣਾ ਕੀਤਾ ਹੈ। ਜਹ ਦੇਖਾ ਤਹਿ ਰਹਿਆ ਸਮਾਈ, ਸਦਾ ਸੁਖਦਾਤਾ ਕੀਮਤ ਨਹੀਂ ਪਾਈ। ਹੁਣ ਜਿੱਥੇ ਵੀ ਵੇਖਦਾ ਹਾਂ, ਉੱਥੇ ਸਮਾਇਆ ਵਿਆਪਕ ਹੋ ਰਿਹਾ ਪਰਮੇਸ਼ਰ ਹੀ ਦਿਸਦਾ। ਉਹ ਹਮੇਸ਼ਾ ਸੁੱਖਾਂ ਦੇ ਦੇਣ ਵਾਲਾ ਦਾਤਾ, ਪਰ ਵੇਦਾਂ ਸ਼ਾਸਤਰਾਂ ਆਦਿ ਦੇ ਕਥਨ ਕਰਕੇ ਉਸਦੀ ਕੀਮਤ ਨਹੀਂ ਪਾਈ ਜਾ ਸਕਦੀ। ਪੂਰੈ ਭਾਗ ਗੁਰਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ। ਪੂਰਨ ਭਾਗ ਭਾਗਾਂ ਨਿਸ਼ਕਾਮ ਕਰਮਾਂ ਕਰਕੇ ਹੀ ਪੂਰਾ ਪੂਰਨ ਗੁਰੂ ਪ੍ਰਾਪਤ ਕੀਤਾ ਹੈ। ਉਹਨਾਂ ਗੁਰਾਂ ਨੇ ਹਿਰਦੇ ਦੇ ਅੰਦਰੋਂ ਹੀ ਨਾਮ ਦਾ ਨਿਧਾਨ ਖਜ਼ਾਨਾ ਪ੍ਰਗਟ ਕਰਕੇ ਵਿਖਾਲ ਦਿੱਤਾ ਹੈ। ਗੁਰ ਕਾ ਸ਼ਬਦ ਅਤ ਮੀਠਾ ਲਾਇਆ, ਹੁਣ ਸਤਿਗੁਰਾਂ ਦਾ ਸ਼ਬਦ ਉਪਦੇਸ਼ ਅਤਿਅੰਤ ਹੀ ਮੀਠਾ ਪਿਆਰਾ ਲੱਗ ਆਇਆ ਹੈ। ਨਾਨਕ ਤ੍ਰਿਸ਼ਨ ਬੁਝੀ, ਮਨ ਧਨ ਸੁਖ ਪਾਇਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਕਰਕੇ ਰਸਾਂ ਕਸਾਂ ਦੀ ਤ੍ਰਿਸ਼ਨ ਪ੍ਰਬਲ ਇੱਛਾ ਬੁਝੀ, ਨਿਵਿਰਤ ਬੁਝ ਗਈ ਹੈ ਅਤੇ ਮਨ ਹਿਰਦੇ ਅਤੇ ਤਨ ਸਰੀਰ ਦੇ ਅੰਦਰ ਨਿਰੰਤਰ ਸੁੱਖ ਆਨੰਦ ਸਰੂਪ ਬ੍ਰਹਮ ਨੂੰ ਪ੍ਰਾਪਤ ਕਰ ਲਿਆ ਹੈ। ਵਾਹਿਗੁਰੂ 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 ਵਾਹਿਗੁਰੂ।
ਗੁਰੂ, ਵਾਹੇ 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 ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।